ਅਸਲਾਮ ਅਲੈਕਮ ਪਿਜਨ ਕਾਰਨਰ ਚੈਨਲ ਤੇ ਖੁਸ਼ ਆਮਦੀਦ ਵੈਲਕਮ ਹੋ ਗਿਆ ਜੀ ਇਹ ਆਪਣਾ ਛੋਟੇ ਮਜ਼ਦੂਰ ਲੱਗੇ ਆ ਜੀ ਆ ਦੇਖੋ ਪੂਰੇ ਭਾਰ ਨਾਲ ਮਜ਼ਦੂਰੀ ਹੋ ਰਹੀ ਹੈ ਇੱਕ ਮੇਰਾ ਭਾਂਜਾ ਵਾ ਤੇ ਇੱਕ ਮੇਰਾ ਭਤੀਜਾ ਵਾ ਹਾਂਜੀ ਦੇਖੋ ਮਾਸ਼ਾਅੱਲਾ ਮਿਹਨਤਾਂ ਕਰਦੇ ਆ ਤੁਹਾਡੀ ਖੈਰ ਇਹਨਾਂ ਨਾਲ ਮੁੱਕੀ ਆ ਜਨਾਬ ਦਿਹਾੜੀ ਕਿੰਨੀ ਮੁੱਕੀ ਤੁਹਾਡੇ ਨਾਲ ਹੈ ਉੱਚੀ ਬੋਲ 100 100 ਰੁਪਏ ਦਿਹਾੜੀ ਤੂੰ ਦੱਸੀ ਕਿੰਨੀ ਮੁੱਕੀ ਹਾਂ 100 ਰੁਪਈਆ ਲੋ ਜੀ 100 100 ਰੁਪਈਆ ਦਿਹਾੜੀ ਮੁੱਕੀ ਇਹਨਾਂ ਦੇ ਨਾਲ ਅੱਲਾਹ ਦੀ ਰਹਿਮ ਨਾ ਮੈਂ ਕਿਹਾ ਵੀ ਨਹੀਂ ਇੱਕ ਵਾਰੀ ਵੀ 100 ਮੈਂ ਤਾਂ ਵੈਸੇ ਗਿਆ ਮੁੜੀਆਂ ਨੂੰ ਅੱਜ 50000 ਰੁਪਏ ਦਊਂਗਾ ਤੇ ਇਹਨਾਂ ਨੂੰ 100 ਕਰਾ ਲਿਆ ਡਬਲ ਬਰੇ ਇਹ ਮਿਹਨਤ ਕੀਤੀ ਚਲੋ 100 ਕਰ ਲਾਂਗੇ ਇਹਨਾਂ ਨੂੰ ਲੋ ਜੀ ਸਰਕਾਰ 100 ਦੇ ਵਿੱਚ ਛੱਤ ਦੇ ਉੱਤੇ ਗਾਰ ਪੈ ਰਹੀ ਆ ਥੱਲੇ ਲਫਾਫਾ ਪਾਇਆ ਉੱਤੇ ਗਾਰ ਪਾਈ ਉੱਤੇ ਮਿੱਟੀ ਤੇ ਫਿਰ ਉਹਦੇ ਉੱਤੇ ਗਾਰ ਦੇ ਨਾਲ ਲੱਗੇਗੀ ਟੈਲ ਲੈ ਦੇ ਵਿੱਚ ਇਨਸ਼ਾਅੱਲਾ ਗਰਮੀ ਨਹੀਂ ਆਏਗੀ ਖੁੱਡੇ ਦੇ ਵਿੱਚ ਇੱਕ ਟੈਕਨੀਕ ਸੁਣ ਲੋ ਨਵੀਂ ਪਹਿਲੇ ਭਾਜੀ ਲਿਫਾਫਾ ਪਾ ਕੇ ਟਾਇਲ ਲੱਗੀ ਪਹਿਲੇ ਫਿਰ ਉੱਤੇ ਲਿਫਾਫਾ ਲਿਫਾਫੇ ਦੇ ਉੱਤੇ ਗਾਰ ਇਹ ਗਾਰ ਲਾ ਰਿਹਾ ਭਾਈ ਠੀਕ ਹੈ ਗਾਰ ਲਾ ਕੇ ਫਿਰ ਉੱਤੇ ਮਿੱਟੀ ਪਾਓ ਮਿੱਟੀ ਪਾ ਕੇ ਪਤਲਾ ਜਿਹਾ ਪਤਲੀ ਗਾਰ ਦੇ ਨਾਲ ਫਿਰ ਉੱਤੇ ਟਾਇਲ ਜੋੜਨੀ ਫਿਰ ਉੱਤੇ ਉਹਦੇ ਸੀਮੈਂਟ ਕਰਨਾ ਇਨਸ਼ਾਅੱਲਾ ਇਦਾਂ ਰਹੇਗਾ ਜਿੱਦਾਂ ਏਸੀ ਨਹੀਂ ਲੱਗਾ ਏਸੀ ਏਸੀ ਵਾਲੇ ਖੁੱਡੇ ਬਣਾ ਲੱਗੇ ਭਰਾ ਜੀ ਏਸੀ ਵਾਲੇ ਖੁੱਡੇ ਇਨਸ਼ਾਅੱਲਾ ਉਹ ਇੱਕ ਬਿਠਾ ਉੱਤੇ ਮਾਸ ਦੇ ਉੱਤੇ ਮਾਸ ਤੇ ਲੱਗ ਗਿਆ ਭਰਾ ਇਨਸ਼ਾਅੱਲਾ ਟੌਰੀ ਮਾਲ ਆ ਦੇਖੋ ਮਜ਼ਦੂਰ ਮਜ਼ਦੂਰੀਆਂ ਕਰ ਲੈ ਵਿਜਨ ਕੋਰਨਰ ਚੈਨਲ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ ਦੋਸਤੋ ਇੰਜੋਏ ਕਰੋ ਅਪਡੇਟ ਨਵੀਂ ਖੁੱਡੇ ਦੀ ਦੱਸ ਦਿੱਤੀ ਤੁਹਾਨੂੰ ਅੱਲਾ ਖੈਰ ਕਰੇ ਹਾਂਜੀ ਚੰਗਿਆੜਾ ਮਜ਼ਦੂਰ ਸਾਹਿਬ ਕੋ ਟੋਲਾ ਮੱਈਆ ਹੀ ਸੁਣਾ ਦਿਓ ਇੱਧਰ ਮੂੰਹ ਕਰਕੇ ਹੈ ਇਹ ਚੰਗਿਆੜਾ ਮਜ਼ਦੂਰ ਆ ਜੀ ਕਹਿੰਦਾ ਕਹਿੰਦਾ ਕੀ ਕਹਿੰਦਾ ਸੀ ਸ਼ਾਮਲੀ ਕਹਿੰਦਾ ਸੀ ਸ਼ੋਲਾ ਸ਼ੋਲਾ ਮਿਸਤਰੀ